ਆਪਣਾ ਪਹਿਲਵਾਨ ਰੈਫਰੀ ਦਾ ਫੈਸਲਾ ਹੈ ਟਾਲਾ ਜੀ ਨੇ ਪਹਿਲਾ ਪੁਆਇੰਟ ਬਣਾ ਲਿਆ ਜੇਤੂ ਹੈ ਬਹੁਤ ਵਧੀਆ ਕੁਸ਼ਤੀ ਮੋਨੂ ਪਹਿਲਵਾਨ ਤੇ ਧਰਮਿੰਦਰ ਸਿੰਘ ਨਾਲ ਸ਼ੁਰੂ ਹੋਈ ਹੈ ਵਾਹ ਵੀ ਵਾਹ ਨਹੀਂ ਮੇਰੀ ਸਾ ਚੱਲ ਹੋਇਆ ਮਾਲੀ ਜੀ ਦੋਨੋਂ ਨੌਜਵਾਨਾਂ ਦਰਮਿਆਨ ਬਾਤ ਸਮਝ ਕੇ ਕੌਣ ਜਿੱਤਦਾ ਕੌਣ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮੱਚੇ ਚੰਗਿਆੜਿਆਂ ਦਾ ਓ ਰਾਜੇ ਖੇਲੋ ਹੌਸਲੇ ਦੀ ਜਿੱਤ ਹੁੰਦੀ ਮਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਓ ਰਾਜੇ ਖੇਲੋ ਹੌਸਲੇ ਦੀ ਜਿੱਤ ਹੁੰਦੀ ਮਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਇੱਕ ਪਾਸੇ ਮੋਨੂ ਤੇ ਦੂਸਰੇ ਪਾਸੇ ਧਰਮਿੰਦਰ ਇਹ ਕੁਸ਼ਤੀ ਜਿਹੜੀ ਪੁਆਇੰਟ ਦੇ ਦਰਦ ਚੱਲਦੀ ਆ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਉਹ ਪੂਤਰਿਆ ਸਾਰ ਸਿੰਘਾਂ ਤੋਂ ਫੜ ਕੇ ਵਾਹ ਵੀ ਵਾਹ ਬਾਈ ਮਾਰੇ ਤਾੜੀਆਂ ਓ ਬੱਲੇ 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 ਆਏ ਕਹਿੰਦੇ ਮੋਨੂ ਆਏ ਮੋਨੂ ਕਹਿੰਦੇ ਬਰਿੰਦਰ ਅਕੈਡਮੀ ਦਾ ਪਹਿਲਵਾਨ ਮੋਨੂ ਦਰਸ਼ਨ ਕਰ ਲੋ ਲਗਾਤਾਰ ਹੁੰਦੇ ਰਹਿਣੇ ਇਹਦੇ ਦਰਸ਼ਨ ਹੁਣ ਮੋਨੂ ਦੇ ਪੰਜਾਬ ਚ ਉਧਰ ਜੈ ਵੀ ਕੋਰੀਆ ਸਿੱਖੋ ਸ਼ੇਰਗੜ੍ਹ ਵਾਲੇ ਕਹਿੰਦੇ ਜੇਕਰ ਬਾਬਾ ਜੀ ਦੇ ਕੋਈ ਇਲਜ਼ਾਮ ਸਾਬਤ ਕਰ ਦੇਣਾ ਤਾਂ 10 ਲੱਖ ਰੁਪਇਆ ਕਹਿੰਦੇ ਉਹਨਾਂ ਵੱਲੋਂ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ ਜੈ ਵੀ ਸਾਡਾ ਭਰਾ ਮੋਨੂ ਦੁਬਾਰਾ ਆ ਰਿਹਾ ਜੀ ਕਿਹੜਾ ਲਾਣ ਇੱਕ ਵਾਰ ਦਰਸ਼ਨ ਕਰੋ ਭਗਵਾਨ ਦੇ ਦੁਆਰਾ ਬਈ ਨਾਲੇ ਨੋਟ ਕਰੋ ਕੱਲ ਨੂੰ ਸਹਿਜੋ ਮਾਜਰ ਦੇ ਵਿੱਚ ਵੱਡਾ ਕੁਸ਼ਤੀ ਬੰਗਲ ਹੈ ਜਿੱਥੇ ਬੁਲਟ ਮੋਟਰਸਾਈਕਲ ਤੇ ਮੋਟਰਸਾਈਕਲ ਦਿੱਤੇ ਜਾਣੇ ਆ ਇਹ ਵੀ ਨੋਟ ਕਰੋ ਦਰਸ਼ਕ ਵੀ ਸਾਰੇ ਨੋਟ ਕਰਨਗੇ ਉਧਰ ਪੁਆਇੰਟ ਦੇ ਆਧਾਰ ਤੇ ਕੁਸ਼ਤੀ ਚੱਲਦੀ ਹੈ ਨੌਜਵਾਨਾਂ ਦੇ ਨਾਲ ਦੇਖਦੇ ਆ ਕੌਣ ਜਿੱਤਦਾ ਕੌਣ ਫਿਰਦਾ ਇੱਕ ਚੀਜ਼ ਮੋਨੂ ਬਾਰੇ ਹੋਰ ਆ ਜੀ ਪਹਿਲਾਂ ਜਿਹੜੀ ਕੁਸ਼ਤੀ ਵਾਕਿਆ ਸਿਰਾ ਹੀ ਕੀਤਾ ਗੱਭਰੂ ਨੇ ਤੇ ਉਧਰ ਪੁਆਇੰਟ ਤੇ ਕੁਸ਼ਤੀ ਚੱਲਦੀ ਹੈ ਲਗਾ ਲਓ ਜਿਹੜਾ ਲਗਾ ਲਓ ਆ ਜਾਓ ਆ ਜਾਓ ਮੋਨੂ ਦਿੱਲੀ ਵਾਹ ਵੀ ਵਾਹ ਨਹੀਂ ਉੜੀਸਾ ਬਈ ਦਰਸ਼ਕੋ ਕਮੇਟੀ ਵੱਲੋਂ ਇਹ ਬੇਨਤੀ ਹੱਥ ਜੋੜ ਕੇ ਬਾਬਾ ਦੀਵਾਨ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲੇ ਬੇਨਤੀ ਆ ਸਾਰੀ ਸੰਗਤ ਨੂੰ ਜੇਕਰ ਵਧੀਆ ਕੁਸ਼ਤੀਆਂ ਲੱਗੀਆਂ ਇੱਕ ਵਾਰ ਬਾਬਾ ਜੀ ਜਿਹੜਾ ਉਹਦੇ ਤਾੜੀ ਮਾਰ ਦੇ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਉਧਰ ਪਰਵਿੰਦਰ ਪਹਿਲਵਾਨ ਜੋਤੀ ਸਪੇਨ ਦੋਨੋਂ ਭਰਾਵਾਂ ਦੇ ਵੱਲੋਂ ਅਗਲੇ ਸਾਲ ਬਾਬਾ ਦੀਪਾ ਜੀ ਦਾ ਮੁੰਡੀ ਦੇ ਨਾਲ ਸਨਮਾਨ ਹੋਵੇਗਾ ਇਸੇ ਡੰਗਲ ਦੇ ਵਿੱਚ ਉਧਰ ਸਰਦਾਰ ਦਲਵਾਲ ਸਿੰਘ ਜੀ ASI ਸਾਹਿਬ ਕਹਿੰਦੇ ਜੇ ਬਾਬਾ ਜੀ ਦੇ ਕੋਈ ਇਲਜ਼ਾਮ ਸਿੱਧ ਕਰਦੇ ਹੋਵੇ ਕਹਿੰਦੇ 5 ਲੱਖ ਉਹਨਾਂ ਦੇ ਵੱਲੋਂ ਵੀ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਇਹ ਪਿਆਰ ਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਹਰ ਸਾਹਿਬ ਤੋਂ ਸਰਦਾਰ ਦਲਵਾਲ ਸਿੰਘ ਜੀ ASI ਸਾਹਿਬ ਕਹਿੰਦੇ ਜੇਕਰ ਕਿਸੇ ਨੇ ਇਲਜ਼ਾਮ ਸਿੱਧ ਕਰਤਾ ਬਾਬਾ ਜੀ ਦੇ ਤਾਂ 5 ਲੱਖ ਰੁਪਇਆ ਉਹਨਾਂ ਦੇ ਵੱਲੋਂ ਵੀ ਇਨਾਮ ਦਿੱਤਾ ਜਾਊਗਾ ਸੋ ਬੇਨਤੀ ਆ ਵਾਹ ਵੀ ਵਾਹ ਨਹੀਂ ਉੜੀਸਾ ਉਧਰ ਚੱਲਦਾ ਹੋਇਆ ਮੁਕਾਬਲਾ ਕਿਹਨਾਂ ਧੱਪਾਂ ਦੇ ਵਿੱਚ ਸਰਦੇ ਆ ਨਾ ਵਿੱਚ ਸਿਆਲਾ ਫਰਦੇ ਆ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮਿਹਨਤਾਂ ਕਰਦੇ ਆ ਕਿ ਪੱਟਾਂ ਦੇ ਨਾਲ ਪੱਟ ਨਹੀਂ ਖੇਂਦੇ ਉਹ ਨਾਲੇ ਨੋੜੇ ਹੀ ਨਹੀਂ ਪੜਦੇ ਆ ਦਾ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜਦੇ ਆ ਸੁਣ ਸੋਨੂੰ ਕਿਰਲਗੜ ਵਾਲਿਆ ਆ ਪੰਜਾਬ ਦੇ ਸੂਰਜ ਚੜਦੇ ਆ ਸੁਣ ਸੋਨੂੰ ਕਿਰਲਗੜ ਵਾਲਿਆ ਆ ਪੰਜਾਬ ਦੇ ਸੂਰਜ ਚੜਦੇ ਆ ਇਹ ਧਰਤੀ ਪੰਜਾਬ ਦੀ ਆ ਪਰ ਮਨ ਦੋਨੋਂ ਹਰਿਆਣੇ ਦੇ ਘੁਲਦੇ ਆ ਮਨ ਦੋਨੋਂ ਹਰਿਆਣੇ ਦੇ ਭੁਲਦੇ ਆ ਇੱਕ ਵਾਰ ਤਾੜੀਆਂ ਮਾਰੋ ਜ਼ੋਰਦਾਰ ਮੱਲਾ ਦੇ ਰੋਤੇ ਵਾਹ ਵੀ ਵਾਹ ਨਹੀਂ ਉੜੀਸਾ ਇਹ ਕਹਿੰਦੇ ਉਮੇਸ਼ ਉਮੇਸ਼ ਪਹਿਲਵਾਨ ਅਖਾੜਾ ਲਾੜ ਪਰ ਨੀਲੀ ਉਸਤਾਦ ਦਾ ਚੰਡਿਆ ਹੋਇਆ ਮੱਲ ਤੇ ਦੂਸਰੇ ਪਾਸੇ
ਤਾਰਨ ਪੈਂਦਾ ਗੁਰਦੇਵ ਪਹਿਲਵਾਨ ਨੇ ਮਸ਼ਹੂਰ ਕੀਤਾ ਨਗਰ ਗੁਰਦੇਵ ਪਹਿਲਵਾਨ ਦਾ ਤਿਆਰ ਕੀਤਾ ਹੋਇਆ ਮੰਨ ਲਓ ਇਹ ਹੈ ਅਜੇ ਤਾਰਨ ਵਾਲਾ ਉਧਰ ਧੰਨਵਾਦ ਕਰਦੇ ਆ ਸਾਡਾ ਭਰਾ ਜੋਗਾ ਰੇੜੀ ਵਾਲਾ ਉਹ ਵੀ ਲਾਈਵ ਜੁੜੇ ਹੋਇਆ ਨਿਤਿਨ ਸ਼ਰਮਾ ਜੀ ਲਾਈਵ ਜੁੜੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਭਰਾਵਾਂ ਦਾ ਵੱਡਾ ਪਿਆਰ ਹੈ ਕਹਿੰਦੇ ਅਜੇ ਗੁਜਰ ਦੇ ਨਾਲ ਤੇ ਚੱਲ ਹੋਇਆ ਮੁਕਾਬਲਾ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਉਹ ਮੂਹਰੇ ਖੜ ਕੇ ਹੌਸਲਾ ਕਰਕੇ ਪੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਟਿੱਬੀ ਲਾ ਕੇ ਡਿੱਗਣ ਦਾ ਕਿ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖ ਦੇ ਖੇਡਣ ਦਾ ਕਿ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖ ਦੇ ਖੇਡਣ ਦਾ ਵਾਕੇ ਚੱਲਦੀ ਹੋਈ ਕੁਸ਼ਤੀ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੁਰੀਆਂ ਉਹ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਦੇ ਨਚੂੜੀਆਂ ਕਿ ਜਦੋਂ ਲਾਈ ਦਾ ਗਰਾਊਂਡ ਵਿੱਚ ਗੇੜਾ ਐਵੇਂ ਨੀ ਤਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ ਚੋਂ ਮੇਰਾ ਐਵੇਂ ਨੀ ਦੇ ਸੂਰਜ ਚੜ੍ਹਦਿਆ ਸੁਣ ਸੁਣ ਕਰ ਲਗਣ ਵਾਲਿਆ ਪੰਜਾਬ ਦੇ ਸੂਰਜ ਚੜ੍ਹਦਿਆ ਇਹ ਧਰਤੀ ਪੰਜਾਬ ਦੀ ਆ ਪਰ ਮਨ ਦੋਨੋਂ ਹਰਿਆਣੇ ਦੇ ਘੁਲਦੇ ਆ ਮਨ ਦੋਨੋਂ ਹਰਿਆਣੇ ਦੇ ਘੁਲਦੇ ਆ ਇੱਕ ਵਾਰ ਤਾੜੀਆਂ ਮਾਰੋ ਜ਼ੋਰਦਾਰ ਮੱਲਾਂ ਦੇ ਰੋਤੇ ਵਾਹ ਵੀ ਵਾਹ ਨਹੀਂ ਉੜੀਸਾ ਇਹ ਕਹਿੰਦੇ ਉਮੇਸ਼ ਉਮੇਸ਼ ਪਹਿਲਵਾਨ ਅਖਾੜਾ ਲਾਡ ਪਰ ਨੀਲੂ ਉਸਤਾਦ ਦਾ ਚੰਡੇ ਹੋਇਆ ਮੱਲ ਤੇ ਦੂਸਰੇ ਪਾਸੇ ਅਜੇ ਪਹਿਲਵਾਨ ਪਟਿਆਲੇ ਦੇ ਲਾਗੇ ਤਾਰਨ ਪੈਂਦਾ ਗੁਰਦੇਵ ਪਹਿਲਵਾਨ ਨੇ ਮਸ਼ਹੂਰ ਕੀਤਾ ਨਗਰ ਗੁਰਦੇਵ ਪਹਿਲਵਾਨ ਦਾ ਤਿਆਰ ਕੀਤਾ ਹੋਇਆ ਮੱਲ ਇਹ ਹੈ ਅਜੇ ਤਾਰਨ ਵਾਲਾ ਉਧਰ ਧੰਨਵਾਦ ਕਰਦੇ ਆ ਸਾਡਾ ਭਰਾ ਜੋਗਾ ਰੇੜੀ ਵਾਲਾ ਉਹ ਵੀ ਲਾਈਵ ਜੁੜੇ ਹੋਇਆ ਨਿਤਿਨ ਸ਼ਰਮਾ ਜੀ ਲਾਈਵ ਜੁੜੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਭਰਾਵਾਂ ਦਾ ਵੱਡਾ ਪਿਆਰ ਹੈ ਕਹਿੰਦੇ ਅਜੇ ਗੁਜਰ ਦੇ ਨਾਲ ਤੇ ਚੱਲ ਹੋਇਆ ਮੁਕਾਬਲਾ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਉਹ ਮੂਹਰੇ ਖੜ ਕੇ ਹੌਸਲਾ ਕਰਕੇ ਪੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਟਿੱਬੀ ਲਾ ਕੇ ਡਿੱਗਣ ਦਾ ਕਿ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖ ਦੇ ਖੇਡਣ ਦਾ ਕਿ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖ ਦੇ ਖੇਡਣ ਦਾ ਵਾਕੇ ਚੱਲਦੀ ਹੋਈ ਕੁਸ਼ਤੀ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੁਰੀਆਂ ਉਹ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਦੇ ਨਚੂੜੀਆਂ ਕਿ ਜਦੋਂ ਲਾਈ ਦਾ ਗਰਾਊਂਡ ਵਿੱਚ ਗੇੜਾ ਐਵੇਂ ਨੀ ਤਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ ਚੋਂ ਮੇਰਾ ਐਵੇਂ ਨੀ ਤਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ ਚੋਂ ਮੇਰਾ ਹਾਂ ਇਹ ਉਧਰ ਵੀਰ ਕਹਿੰਦੇ ਵੀ 2 ਮਿੰਟ ਦਾ ਸਮਾਂ ਉਸ ਤੋਂ ਬਾਅਦ ਨਹੀਂ ਫਿਰ ਬਰਾਬਰ ਸੁਣਾ ਦਿੰਦੇ ਹਾਂ ਗੁਸਤੀ ਠੀਕ ਹੈ ਹਾਂਜੀ ਓ ਬੱਲੇ 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 ਮਾਰ ਦਿਓ ਤਾੜੀਆਂ ਓ ਮਾਰ ਦਿਓ ਤਾੜੀਆਂ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਲਈ ਤਾੜੀ ਨਹੀਂ ਮਾਰਦਾ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਲਈ ਤਾੜੀ ਨਹੀਂ ਮਾਰਦਾ ਕਹਿੰਦੇ ਪੂਰੀ ਜ਼ਿੰਦਗੀ ਉਹਦੇ ਮਾਨ ਸਨਮਾਨ ਲਈ ਕਦੇ ਤਾੜੀ ਨਹੀਂ ਵੱਜਦੀ ਤਾੜੀ ਇੱਕ ਕਰਵਾਉਣੀ ਹੈ ਪਹਿਲਵਾਨ ਮਿਲੋ ਅਜੇ ਨੂੰ ਦਰਸ਼ਕੋ ਲਾਸਟ ਤਾੜੀ ਹੈ ਲਾਸਟ ਪਲਾਂ ਦੇ ਵਿੱਚ ਕੁਸ਼ਤੀ ਹੈ ਵਧੀਆ ਪ੍ਰਬੰਧ ਜੇਕਰ ਕਮੇਡੀ ਨੇ ਕੀਤਾ ਵਧੀਆ ਪਹਿਲਵਾਨ ਸੱਦਿਆ ਤਾਂ ਇੱਕ ਵਾਰ ਕਮੇਡੀ ਦੇ ਨਾਂ ਤੇ ਤਾੜੀ ਮਾਰ ਦੋ ਜ਼ੋਰਦਾਰ ਪਤਾ ਲੱਗੇ ਵੀ ਦੰਗਲ ਹੋਇਆ ਬਹੁਤ ਬਹੁਤ ਧੰਨਵਾਦ ਉੱਥੋਂ ਧੰਨਵਾਦ ਕਰਦੇ ਸਾਰੇ ਸਹਿਯੋਗੀ ਸੱਜਣਾਂ ਦਾ ਸਮੁੱਚੀ ਪ੍ਰਬੰਧ ਕਮੇਟੀ ਜਿਹੜੀ ਹਰ ਸਾਲ ਹਿੰਦੁਸਤਾਨ ਦੇ ਚੋਟੀ ਦੇ ਮੱਲ ਸੱਦਦੀ ਹੈ ਤੇ ਆ ਚੱਲਦਾ ਹੋਇਆ ਮੱਲ ਜੁੱਟਾ ਉਮੇਸ਼ ਪਹਿਲਵਾਨ ਮਥੁਰਾ ਤੇ ਅਜੇ ਪਹਿਲਵਾਨ ਬਾਰਨ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਮਾਰੀ ਜਦੋਂ ਥਾਪੀ ਸਾਰਾ ਹੀ ਪੰਡਾਲ ਗੂੰਜਿਆ ਉਹ ਚੋਪਰ ਨੇ ਮੱਥੇ ਤੋਂ ਪਸੀਨਾ ਪੂੰਜਿਆ ਕਿ ਚੱਲ ਸ਼ੇਰਾ ਬਾਹਰੋਂ ਨੇ ਆਵਾਜ਼ਾਂ ਆਉਂਦੀਆਂ ਛਿੰਝਾਂ ਨਿੱਤ ਮੱਲਾਂ ਦੇ ਨੇ ਢੇੜ ਪਾਉਂਦੀਆਂ ਉਹ ਛਿੰਝਾਂ ਨਿੱਤ ਮੱਲਾਂ ਦੇ ਨੇ ਢੇੜ ਪਾਉਂਦੀਆਂ ਵਾਕਿਆ ਯੁੱਧ ਚੱਲਦਾ ਪਹਿਲਵਾਨਾਂ ਦਰਮਿਆਨ ਉਮੇਸ਼ ਤੇ ਦੂਸਰੇ ਪਾਸੇ ਅਜੇ ਇਹ ਵਾਰਤਾ ਸਮੇਂ ਦੀ ਹੋਣੀ ਹੈ ਕੌਣ ਜਿੱਤਦਾ ਕੌਣ ਹਾਰਦਾ ਕਿ ਮਹਾਬਲੀ ਰਣ ਜੂਝਦੇ ਬਹੁੰਦੇ ਤਲਵਾਰਾਂ ਉਸ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਕਿ ਜਸ਼ਨ ਮਨਾਈਏ ਜਿੱਤ ਕੇ ਨਾ ਹਾਰੋ ਡਰੀਏ ਮੰਦੇ ਬੋਲ ਨਾ ਬੋਲੀਏ
ਕਰਤਾਰੋ ਡਰੀਏ ਉਹ ਮੰਦੇ ਦੇ ਨਾ ਬੋਲੀਏ ਕਰਤਾਰੋ ਡਰੀਏ ਵਾਕਿਆ ਸਿਰੇ ਦਾ ਮੁਕਾਬਲਾ ਨੌਜਵਾਨਾਂ ਦਰਮਿਆਨ ਇੱਕ ਪਾਸੇ ਉਮੇਸ਼ ਤੇ ਦੂਸਰੇ ਪਾਸੇ ਅਜੇ ਪਹਿਲਵਾਨ ਬਾਰਨ ਨਹੀਂ ਓੜੀਸਾ ਨਹੀਂ ਓੜੀਸਾ ਨਹੀਂ ਓੜੀਸਾ ਦਾ ਬਸ਼ੇਰਾ ਦਿਆ ਸਮਾਂ ਜਿਹੜਾ ਸਮਾਪਤਾ